अज असी लोलीपॉप ते चुंचने जेड़े सानू शब्दी रूप दे विच 22 नवंबर नूं मुख्यमंत्री साहब आए सी, नाल सिद्धू साहब आए सी, नाल जेड़े अपना खजाना मंत्री ने मनप्रीत सिंह बादल जी वो आए सी, नाल आशू भारत भूषण आशू जी आए सी, जो शब्दी रूप दे विच सानू जेड़े चुंचने ते लोलीपॉप फड़ा गए, असी इहदा विरोध कर रहे हां कि सानू इह नहीं चाहिए, सानू जेड़ी सच्चाई आ उह चाहीदी आ, तुसीं सानू इह जिहड़े वादे आ बिल्कुल कच्चे वादे करके गए, टेबल ते खड़े होके साडे नाल चाह भी पीती, उच्ची उच्ची उन्होंने बोलिया भी जिहड़े आटो रिक्शा चालक ने जिन्हां दे इहनां दे 50-50 हज़ार रुपए के चलान भी होए, 20-20 हज़ार के भी होए, 10-10 हज़ार के भी होए आ, ते इह मैं 1 रुपए के विच भुगताऊंगा। पर ऐसा मैं सतीश कुमार जिला आटो रिक्शा वर्कर्स फैडरेशन, अज इत्थे असी कांग्रेस सरकार दा जो मुर्दाबाद दे नारे ला रहे हां, ना छूछने आते फड़े हुए, जो सानू 22 नवंबर नूं मुख्यमंत्री पंजाब साडे को आए सीगे शब्दी रूप दे विच सानू लोलीपॉप ते छूछने दे के गए, उन्हां दा असी उह बाइकाट कर रहे हां, क्योंकि सानू जिहड़े इह छूछने ते लोलीपॉप दे गए आ असी इहनां दे आदी नहीं हैगे, सानू उह इक वड्डे वड्डे वादे करके टेबल दे उत्ते खड़ के साडे नाल चाह पी के ਸਾਡੇ ਨਾਲ ਮਤਲਬ ਕਿ ਇਸ ਤਰ੍ਹਾਂ ਕੀਤਾ ਉਹਨਾਂ ਨੇ ਜਿਸ ਤਰ੍ਹਾਂ ਸਾਡੇ ਲਈ ਉਹ ਭਗਵਾਨ ਦਾ ਰੂਪ ਆ ਗਏ, ਜਦੋਂ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕੀਤਾ, ਉਹਨਾਂ ਦਾ ਵੈਲਕਮ ਕੀਤਾ, ਅਤੇ ਸਾਨੂੰ ਉਹਨਾਂ ਨੇ ਟੇਬਲ 'ਤੇ ਖੜ੍ਹੇ ਹੋ ਕੇ ਕਿਹਾ ਵੀ ਤੁਹਾਡੇ ਜਿਹੜੇ ਚਲਾਨ ਆ ਅੱਜ ਤੱਕ ਦੇ ਉਹ ਤੁਹਾਡੇ ਸਾਰੇ 1 ਰੁਪਏ ਦੇ ਵਿੱਚ ਭੁਗਤਾਏ ਜਾਣਗੇ, ਸ਼ਹਿਰ ਦੇ ਵਿੱਚ ਇਹਨਾਂ ਨੂੰ ਯੈਲੋ ਲਾਈਨ ਦਿੱਤੀ ਜਾਊਗੀ, ਆਟੋ ਰਿਕਸ਼ਾ ਚਾਲਕਾਂ ਨੂੰ ਸਟੈਂਡਾਂ ਲਈ ਜਗ੍ਹਾ ਦਿੱਤੀ ਜਾਊਗੀ ਇਹਨਾਂ ਨੂੰ, ਠੀਕ ਹੈ ਜੀ, ਅਤੇ ਨਾਲ ਹੀ ਕਹਿੰਦੇ ਟੈਕਸਾਂ ਦੇ ਜੁਰਮਾਨੇ ਮਾਫ਼ ਹੋਣਗੇ ਆਟੋ ਰਿਕਸ਼ਾ ਨੂੰ, ਨਾਲ ਮੈਂ ਇੱਕ ਸਰਟੀਫਿਕੇਟ ਜਾਰੀ ਕਰੂੰਗਾ, ਜਿਹੜੇ ਆਟੋ ਰਿਕਸ਼ਾ ਦੇ ਅੱਗੇ ਉਹ ਸਰਟੀਫਿਕੇਟ ਲੱਗਿਆ ਹੋਊਗਾ ਉਹ ਆਟੋ ਨੂੰ ਕੋਈ ਵੀ ਪੁਲਿਸ ਵਾਲਾ ਨਹੀਂ ਰੋਕੂਗਾ, ਅਤੇ ਨਾਲ ਹੀ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਵੀ ਤੁਹਾਨੂੰ ਲਈ ਲਾਇਸੈਂਸ ਦੀ ਜਿਹੜੀ ਰੇਸ਼ੋ ਆ ਉਹ ਬਿਲਕੁਲ ਰੱਦ ਹੋ ਗਈ, ਲਾਇਸੈਂਸ ਦੀ ਜ਼ਰੂਰਤ ਹੀ ਨਹੀਂ ਆਟੋ ਰਿਕਸ਼ਾ ਚਾਲਕ ਨੂੰ, ਅਤੇ ਅੱਜ ਉਹ ਸਾਰੇ ਦੇ ਸਾਰੇ ਵਾਅਦੇ ਝੂਠੇ ਨਿਕਲੇ ਸਾਡੇ ਪਿੱਛੇ, ਜੋ ਉਹਨਾਂ ਨੇ 9 ਆਟੋ ਛੜਾਏ 9 ਆਟੋ ਜਦੋਂ ਛੜਾਏ ਅਸੀਂ ਬੜੇ ਭਾਵੁਕ ਹੋ ਗਏ, ਅਸੀਂ ਬਹੁਤ ਮਤਲਬ ਪੰਜਾਬੀ ਇਨਸਾਨ ਹਾਂ, ਅਸੀਂ ਇਨਸਾਨ ਫਰਾਮੋਸ਼ ਨਹੀਂ ਹਾਂ, ਅਸੀਂ ਉਹਨਾਂ ਦਾ ਇੰਨਾ ਵੱਡਾ ਵੈਲਕਮ ਕੀਤਾ, ਅਸੀਂ ਸੈਂਕੜੇ ਦੀ ਤਦਾਦ 'ਚ ਆਟੋ ਰਿਕਸ਼ਾ ਨਾਲ ਲਿਜਾ ਕੇ, ਢੋਲ ਨਾਲ ਲਿਜਾ ਕੇ, ਮਠਿਆਈ ਦੇ ਡੱਬੇ ਨਾਲ ਲਿਜਾ ਕੇ, ਨਾਲ ਹਾਰ ਨਾਲ ਛੀਣਾ ਉਹਨਾਂ ਨੂੰ ਦਿੱਤੀਆਂ, ਤਾਂ ਜੋ ਉਹਨਾਂ ਨੇ ਜੋ ਸਾਡੇ ਲਈ ਇਹ ਕੀਤਾ, ਅਸੀਂ ਕਿਹਾ ਵੀ ਇਹ ਤਾਂ ਵੈਲਕਮ ਕਰੀਏ ਸਰਕਾਰ ਦਾ, ਤਾਂ ਕਿ ਸਰਕਾਰ ਨੂੰ ਵੀ ਪਤਾ ਲੱਗੇ ਵੀ ਆਟੋ ਰਿਕਸ਼ਾ ਦੀ ਤਾਂ ਐਡੀ ਵੱਡੀ ਜੋ ਤਦਾਦ ਆ, 30,000 ਆਟੋ ਜੋ ਲੁਧਿਆਣੇ ਚੱਲ ਰਿਹਾ, ਅਤੇ 2-2.5 ਲੱਖ ਆਟੋ ਜਿਹੜਾ ਪੂੰਜੇ ਪੂਰੇ ਪੰਜਾਬ 'ਚ ਚੱਲ ਰਿਹਾ, ਜਿਹਦੀ 20 ਲੱਖ ਵੋਟ ਆ, ਅਸੀਂ ਪੂਰੇ ਭਾਵੁਕ ਹੋ ਗਏ ਔਰ ਉਹਨਾਂ ਦਾ ਬਹੁਤ ਵੱਡਾ ਵੈਲਕਮ ਕੀਤਾ। ਉਸ ਤੋਂ 9 ਆਟੋ ਛੱਡਣ ਤੋਂ ਬਾਅਦ ਅਸੀਂ ਜਦੋਂ RTA ਸਾਹਿਬ ਦੇ ਗੇੜੇ ਮਾਰਨੇ ਸ਼ੁਰੂ ਕਰਤੇ, ਸਾਨੂੰ ਸਿਰਫ ਇੱਕੋ ਗੱਲ ਕਹੀ ਗਈ ਵੀ ਤੁਹਾਡੇ ਜਿਹੜੇ ਸਾਨੂੰ ਨੋਟੀਫਿਕੇਸ਼ਨ ਆ ਲੈਂਦੇ ਉਹ ਤੁਹਾਡੇ ਆਟੋ ਬਾਕੀ ਛੱਡ ਦਿੱਤੇ ਜਾਣਗੇ। ਉਸ ਦਰਮਿਆਨ ਜਿਹੜੇ ਆਟੋ ਰਿਕਸ਼ਾ ਸਾਡੇ ਬੰਦ ਹੋਏ ਸੀਗੇ, ਕਈ ਬੰਦੇ ਸਾਡੇ ਉਹ ਆਟੋ ਰਿਕਸ਼ਾ ਦੀ ਲਾਈਨ ਛੱਡ ਕੇ ਨੌਕਰੀਆਂ ਲੱਗੇ, ਕੋਈ ਸਬਜ਼ੀ ਵੇਚ ਲੱਗ ਗਿਆ, ਉਹਨਾਂ ਨੇ ਉਹ ਕੰਮ ਛੱਡਤੇ, ਉਹਨਾਂ ਨੂੰ ਇੱਕ ਆਸ ਦੀ ਕਿਰਨ ਜਾਗੀ ਵੀ ਸਾਡੇ ਹੁਣ ਆਟੋ ਜਿਹੜੇ ਫ੍ਰੀ 'ਚ ਚੰਨੀ ਸਰਕਾਰ ਨੇ ਛੁੜਾ ਦੇਣੇ ਆ, ਲੇਕਿਨ ਉਹ ਨਹੀਂ ਛੁੱਟੇ। ਅੱਜ ਉਹ ਬੰਦੇ ਬੇਰੁਜ਼ਗਾਰ ਹੋ ਗਏ, ਆਹ ਚਲਾਨ ਪਏ ਆ ਜੀ ਉਹਨਾਂ ਦੇ ਜਿਹੜੇ ਬੰਦੇ ਬੇਰੁਜ਼ਗਾਰ ਹੋਏ ਹੋਏ ਆ, ਅਤੇ ਬਹੁਤ ਬੁਰਾ ਹਾਲ ਕੀਤਾ ਸਾਡਾ। ਅਸੀਂ ਮਤਲਬ ਸਵੇਰੇ 7 ਵਜੇ ਉੱਠ ਕੇ ਮੰਤਰੀ ਸਾਹਿਬ ਦੇ ਬਾਹਰ ਪਾਰਕ 'ਚ ਬਹਿ ਜਾਂਦੇ ਸੀ, 9 ਵਜੇ ਮੰਤਰੀ ਸਾਹਿਬ ਉੱਠਦੇ, ਸਾਨੂੰ ਇਹ ਕਹਿੰਦੇ ਵੀ ਮੈਂ ਸਰਕਾਰ ਕੋਲ ਨੋਟੀਫਿਕੇਸ਼ਨ ਤੁਹਾਡਾ ਘਰਾਂ ਜਾ ਰਿਹਾ। ਅਸੀਂ ਕਿੰਨੀ ਵਾਰੀ ਮੈਂ ਆਟੋ ਰਿਕਸ਼ਾ ਚਾਲਕਾਂ ਨੂੰ ਵਿਚਾਰਿਆਂ ਨੂੰ ਸਵੇਰੇ ਸਵੇਰੇ ਉਠਾ ਕੇ 6 ਵਜੇ ਨਾਲ ਲੈ ਜਾਂਦਾ, ਉੱਥੇ ਬਹਿ ਜਾਂਦਾ, ਅਤੇ ਇੰਨਾ ਬੁਰਾ ਹਾਲ ਕੀਤਾ ਵੀ ਅਸੀਂ ਪਰੇਸ਼ਾਨ ਹੋ ਗਏ।